जी अस्सलाम वालेकुम, राशिद माल तुहाडी खिदमत च हाजिर है। राणा शानी ऑफिशियल चैनल ते असीं तुहानूं वेलकम करदे हां। तो इमदाद अली गड़गीला जिहड़ा कि भी वड्डी ते मनरवा थिएटर दे विच काम कर रहा है। इस टाइम असीं थिएटर दे रिहर्सल वगैरह कर रहे हैं ड्रामे की, तो रिहर्सल जिहड़ी बड़ी अच्छी हुई है। रिहर्सल हो रही है बहुत ज्यादा और बड़ी बहुत बड़ा ड्रामा है, जरूर देखना, बड़ा मजा आएगा तुहानू जरूर। और खास करके सीन जेड़ा सीन ਵਿੱਚ ਡਰਾਮੇ ਦੇ ਸਾਡੇ ਐਸਾ ਰਾਛ ਸਾਹਿਬ ਦਾ ਸੀਨ ਵੇਖਣ ਵਾਲਾ ਵਾ ਵੀ ਬਾਹਰੋਂ ਕੀ ਬਣ ਕੇ ਆਏ ਤੇ ਅੱਗੇ ਕੀ ਬਣ ਗਏ ਨੇ, ਇਹ ਸੀਨ ਵੇਖਣਾ ਨਾ ਭੁੱਲਣਾ ਡਰਾਮੇ ਦੇ ਵਿੱਚ। ਆਵਾ ਵਾ 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 ਵਾ। ਲਓ ਜੀ, ਗੱਲ ਇਹ ਆ ਕਿ ਵੱਡੀ ਈਦ ਜਿਹੜੀ ਆ ਉਹ ਸ਼ੁਕਰ ਅਲਹਮਦੁਲਿਲਾ ਇਸ ਟਾਈਮ ਹਰ ਲਿਹਾਜ਼ ਨਾਲ ਠੀਕ ਹੈ, ਅੱਲਾ ਦੀ ਮਿਹਰਬਾਨੀ, ਦੇ ਹਾਲਾਤ ਵੀ ਠੀਕ ਨੇ, ਸ਼ੁਕਰ ਆ। ਤੇ ਬੜਾ ਅੱਛਾ ਡਰਾਮਾ ਹੈ। सब तो पहले तो मैं ਤੁਹਾਨੂੰ ਕਿਰਨ ਭੱਟ ਜੀ, ਤੁਸੀਂ ਕੁਰਬਾਨੀ ਜਿਹੜੀ ਆ ਉਹ ਪਹਿਲੇ ਦਿਨ ਕਰਦੇ ਹੁੰਦੇ ਹੋ ਕਿ ਦੂਸਰੇ ਦਿਨ? ਜੀ ਪਹਿਲੇ ਦਿਨ। ਪਹਿਲੇ ਦਿਨ? ਪਹਿਲੇ ਦਿਨ ਅਸੀਂ ਕਰਦੇ। ਪਹਿਲੇ ਦਿਨ ਕਸਾਈ ਬਹੁਤ ਪੈਸੇ ਲੈਂਦਾ ਹੁੰਦਾ, ਲੇਕਿਨ ਪਹਿਲੇ ਦਿਨ ਅਸੀਂ ਕਰਦੇ ਹੁੰਦੇ ਹਾਂ। ਜੇ ਕਰੋ ਚਾਰ ਭਰਾ ਨੂੰ ਪਹਿਲੋ ਤਾਂ ਰਸ਼ ਨਹੀਂ ਹੋਣਾ। ਕਸਾਈ ਵੀ ਦੋ ਦੋ ਆ ਜਾਣੇ। ਤੁਹਾਨੂੰ ਬੁਲਾ ਲਾਂਗੇ ਨਾ, ਤੁਸੀਂ ਆਪ ਹੀ ਕਰ ਦੇਣਾ। ਨਹੀਂ ਤੁਸੀਂ ਵੀ ਗੜਗੀਲਾ ਜੀ ਕਹਿੰਦੇ ਕਿ ਤੁਸੀਂ ਵੱਡੀ ਤੇ ਤੁਸੀਂ ਕੋਈ ਕਸਾਈਆਂ ਦੇ ਨਾਲ ਵੀ ਜਾਂਦੇ ਰਹੇ? ਬਿਲਕੁਲ ਜੀ, ਮਿਹਨਤ 'ਚ ਕੋਈ ਮਿਹਣਾ ਨਹੀਂ। ਅੱਛਾ ਜੀ। ਹਾਂਜੀ, ਮੈਨੂੰ ਮਾਸ਼ਾਅੱਲਾ ਕਾਫੀ ਕੰਮ ਆਉਂਦੇ ਆ। ਅੱਛਾ ਜੀ, ਇਹ ਵੀ ਮੈਨੂੰ ਤਾਂ ਜਿਹੜਾ ਕੰਮ ਲੱਭਦਾ ਮੈਂ ਜਦੋਂ ਵਿਹਲਾ ਹੋਵਾਂ ਮੈਂ ਕਰ ਲੈਂਦਾ। ਅੱਛਾ, ਇਹਦਾ ਮਤਲਬ ਜ਼ਿਬਾ ਵੀ ਤੁਸੀਂ ਕਰ ਲੈਂਦੇ ਹੋ? ਹਾਂਜੀ। ਕਹਿੰਦੇ ਸਭ ਤੋਂ ਅੱਛਾ ਤੁਹਾਨੂੰ ਜਿਹੜਾ ਘਰ ਗੋਸ਼ਤ ਲਿਜਾਣਾ ਉਹ ਸਹੀ ਲੱਗਦਾ? ਉਹ ਤਾਂ ਬਹੁਤ ਹੈ, ਯਾਨੀ ਕਰਨਾ ਤੁਹਾਨੂੰ ਅੱਛਾ ਨਹੀਂ ਲੱਗਦਾ, ਘਰ ਲਿਜਾਣਾ ਅੱਛਾ ਲੱਗਦਾ? ਬਹੁਤ ਅੱਛਾ ਲੱਗਦਾ ਯਾਰ, ਜਦੋਂ ਬੰਦਾ ਘਰ ਲੈ ਸਿਸਟਮ ਲੈ ਕੇ ਜਾਂਦਾ ਵਾ। ਤੁਹਾਡਾ ਇੱਕ ਵਾਰੀ ਇਹ ਵੀ ਸਾਨੂੰ ਪਤਾ ਲੱਗਿਆ ਸੀ ਤੁਸੀਂ ਬੱਕਰਾ ਜਿਹੜਾ ਲੈ ਕੇ ਆਏ ਹੋ ਤੇ ਉਹ ਬੜਾ ਜਿਹੜਾ ਕਮਜ਼ੋਰ ਜਿਹਾ ਸੀ, ਤੇ ਤੁਸੀਂ ਨਾਲ ਵਿੱਚ ਖਲ ਵੀ ਕੱਟ ਕੇ ਵੰਡਤੀ? ਨਹੀਂ ਭਰਾਵਾ, ਬੱਕਰਾ ਲੈ ਕੇ ਆਇਆ ਤੇ ਘਰ ਉਹਨੂੰ ਪੱਠੇ ਪਾਈਏ ਤੇ ਮੂੰਹ ਇਦਾਂ ਨੂੰ ਕਰੀ ਜਾਵੇ, ਉਹ ਬਾਅਦ ਪਤਾ ਲੱਗਾ ਵੀ ਬੱਕਰਾ ਅੰਨਾ ਹੈਗਾ। ਅੱਛਾ, ਅੰਨਾ ਹੈਗਾ। ਆਹ ਅਸੀਂ ਇਦਾਂ ਨੂੰ ਬੁਲਾਈਏ ਤੇ ਜਾਵੇ ਇੱਧਰ ਨੂੰ, ਤੇ ਫਿਰ ਪੱਠੇ ਤੁਸੀਂ ਖਾਦੇ? ਨਹੀਂ ਹੈ, ਪੱਠੇ ਬੱਕਰੇ ਨੂੰ ਨਹੀਂ ਨਾ ਪਾਏ ਫਿਰ ਸਾਡੇ ਪੱਠੇ ਚੜ ਗਏ ਬਾ ਬਾ ਕੇ, ਸਾਨੂੰ ਪੱਠਿਆਂ ਦੀ ਸਮਝ ਨਾ ਲੱਗੇ। ਅੱਛਾ ਅੱਛਾ, ਉੱਥੇ ਸਾਰੇ ਉੱਲੂ ਦੇ ਪੱਠੇ ਲੱਗਣ, ਫਿਰ ਉਹਦੇ ਕੰਨ 'ਚ ਆਵਾਜ਼ ਦੇ ਕੇ ਕਹਿਣਾ ਪੈਂਦਾ ਸੀ ਪੱਠੇ ਖਾ ਲਾਓ ਜਾਂ ਪੱਠੇ ਰੱਖ ਦੇ। ਅੱਛਾ ਜੀ, ਲਓ ਜੀ, ਡਰਾਮੇ ਦੀ ਤਿਆਰੀ ਅਸੀਂ ਮੁਕੰਮਲ ਕਰ ਰਹੀ ਹੈ ਤੇ ਹੁਣ ਇਸ ਟਾਈਮ ਵੀ ਅਸੀਂ ਜਿਹੜਾ ਵਾ ਰਿਹਰਸਲ ਕਰ ਰਹੇ ਹਾਂ। ਰਿਹਰਸਲ ਕੋਈ ਗਵਰਨਮੈਂਟ ਦੇ ਅਦਾਰੇ ਹੁੰਦੇ ਨੇ ਜਿਹੜੇ ਆਣ ਕੇ ਸਾਡੀ ਰਿਹਰਸਲ ਵੇਖਦੇ ਨੇ, ਉਹ ਫਿਰ ਪਾਸ ਕਰਦੇ ਨੇ, ਪਾਸ ਕਰਨ ਤੋਂ ਬਾਅਦ ਫਿਰ ਅਸੀਂ ਮੁਕੰਮਲ ਸਾਨੂੰ ਹੋ ਜਾਂਦਾ ਕਿ ਫਿਰ ਸਿਰਫ ਸ਼ੋਅ ਕਰਨਾ ਹੁੰਦਾ, ਤੇ ਉਹਦੀ ਅਸੀਂ ਰਿਹਰਸਲ ਵਗੈਰਾ ਮੁਕੰਮਲ ਕਰ ਲਈਏ ਤੇ ਹੁਣ ਡਰਾਮਾ ਵੇਖਣ ਨਾਲ ਭੁੱਲਣਾ। ਹਾਂਜੀ, ਰੇਮਲ ਜੀ, ਹਾਂਜੀ ਮੈਡਮ ਸ਼ੀਜ਼ਾ ਬੱਟ, ਔਰ ਰਾਸ਼ਦ ਕਮਾਲ ਸਾਹਿਬ, ਤਸਲੀਮ ਸਾਹਿਬ, ਔਰ ਸਾਡੇ ਸ਼ਬਾਜ਼ ਰਸ਼ੀਦ ਸਾਹਿਬ। आप भी आए और रिमल शाह को भी बुलाए जरा, आपके साथ रिमल शाह को बिठाए, इधर आए आप रिमल शाह और शबाज रशीद साहब, आपको सर उधर बैठे 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 सर प्लीज सर आप उधर, अच्छा इधर बैठना चाहते हैं आप, थोड़ा सा उधर हो जाएं, आप रिमल शाह को सेंटर में ले लें और रिमल शाह आपको खुद को आपको भी सेंटर में ले लेगी। अच्छा, बात ये है तो ये इस वक्त जो आदमी आप देख रहे हैं ये हमारे ड्रामे के डायरेक्टर हैं शबाज रशीद, ये हमारे माई बाप है, हमारे ड्रामे के डायरेक्टर हैं। इनका कद भी बड़ा है, इनका काम भी बड़ा है और ये सिस्टम हाथ पैर तो वो सारा कुछ, और ये बताएंगे बड़ी ईद के बारे में कैसी तैयारी हो रही है और क्या कर रहे हैं सर प्लीज। जी अस्सलाम वालेकुम, राणा शानी जी ईद मुबारक, मिनरवा थिएटर फैसलाबाद, बड़ी ईद का वड्डा तोहफा और नया ड्रामा नई कहानी इंशाल्लाह ताला, इहदे विच तुहानूं इंटरटेनमेंट मिलेगी डांस लिहाज नाल भी ते कॉमेडी दे लिहाज नाल भी, ते कास्ट जिस तरह तुसीं जानदे हो माशाल्लाह रिमल शाह साहिबां ने, किरण भट्ट साहिबां ने, उन्हां नूं रहण दिओ हर ड्रामे च हुंदा, ते राशिद कमाल वफा, बहुत अच्छी टीम है, बहुत अच्छा ड्रामा है, तैयारी की है, लगातार रिहर्सल कीतियां ने ड्रामे दी भी ते गाणियां दी भी, और ड्रामा देखना भुलना ना दोस्तों, शबाज साहब ने बहुत अच्छा तैयार कराया ड्रामा। जी बिल्कुल, शबाज साहब है डायरेक्टर, बहुत अच्छे ने, मैंने बहुत ज़्यादा पसंद है, मैं इन्हों की फैन हाँ, क्योंकि बहुत बहुत अच्छी कहानियां लिखते हैं, बहुत बहुत अच्छा स्क्रिप्ट होंगे इन्हों का और बड़ा मज़ा आता इन्हों ड्रामा करके, सानू अच्छा लगता है और शबाज साहब वेरी गुड। ਸ਼ਬਾਜ਼ ਸਾਹਿਬ ਫੈਸਲਾਬਾਦ ਦੇ ਬਿਹਤਰੀਨ ਡਾਇਰੈਕਟਰਾਂ ਦੇ ਵਿੱਚੋਂ ਇੱਕ ਡਾਇਰੈਕਟਰ ਜਿਹੜੇ ਕਿ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਡਰਾਮਾ ਤਿਆਰ ਕਰਦੇ ਨੇ, ਤੇ ਗੜਗੀਲਾ ਸਾਹਿਬ ਵਰਗੇ ਵੀ ਬੰਦੇ ਦੇਖੋ ਉਹਨਾਂ ਨੇ ਤਿਆਰ ਕਰ ਲਏ, ਹਾਲਾਂਕਿ ਦੇਖੋ ਜੀ ਉਹਨਾਂ ਨੇ ਬੜੇ ਬੜੇ ਤਿਆਰ ਕੀਤੇ ਨੇ,
ਲਾਹੌਰ 'ਚ ਜਿੰਨੇ ਫਨਕਾਰ ਨੇ 80 ਫਨਕਾਰ ਸ਼ਬਾਸ ਸਾਹਿਬ ਨੇ ਤਿਆਰ ਕੀਤੇ ਨੇ ਬਹੁਤ ਅੱਛੇ ਫਨਕਾਰ ਨਾ ਜੀ ਗੱਲ ਇੱਕ ਫਨਕਾਰ ਜੇ ਤੁਹਾਡੀ ਸ਼ਬਾਸ ਸਾਹਿਬ ਜੇ ਤੁਹਾਡੀ ਖੁਸ਼ਾਮਦ ਮੁਗਲ ਹੋਵੇ ਜੀ ਤੇ ਅੱਗੇ ਗੱਲ ਕਰੀਏ ਕੋਈ ਜੀ ਬਸ ਅੱਗੇ ਗੱਲ ਕਰੋ ਇਹ ਡਰਾਮਾ ਜ਼ਰੂਰ ਦੇਖਣਾ ਜਨਾਬ ਕੀ ਤੋਂ ਹਾਥ ਹੋ ਤੇ ਤਿੰਨ ਸ਼ੋਅ ਹੋਣੇ ਨੇ ਕਿਉਂ ਜੀ ਤਿੰਨ ਸ਼ੋਅ ਹਾਂਜੀ ਇਨਸ਼ਾਅੱਲਾ ਪਹਿਲਾ ਸ਼ੋਅ 6 ਵਜੇ ਦੂਸਰਾ ਜਿਹੜਾ ਵਾ 9 ਵਜੇ ਤੀਸਰਾ 11 ਵਜੇ ਔਰ ਪਬਲਿਕ ਦੀ ਡਿਮਾਂਡ ਤੋਂ ਬਾਅਦ ਹੋ ਸਕਦਾ ਕਿ ਚੌਥਾ ਵੀ ਕਰੀਏ ਚੌਥਾ ਵੀ ਕਰੀਏ ਇੱਕ ਛੋਟੀ ਤੇ ਅਸੀਂ 4 ਵੀ ਕੀਤੇ ਨੇ ਤੇ ਐਕਚੁਅਲੀ ਚਲੋ 3 ਦੀ ਜਿਹੜੀ ਧਿਆਈ ਹੈ ਨਾ ਉਹ ਇਸੇ ਤਰ੍ਹਾਂ ਵੱਜਦੀ ਰਵੇ ਇਨਸ਼ਾਅੱਲਾ ਤੇ ਰਿਮਲ ਸ਼ਾਹ ਪੂਰੇ ਦਿਨ ਸਾਡੇ ਨਾਲ ਆ ਤੇ ਬਾਕੀ ਇਹ ਵੀ ਸਾਡੇ ਨਾਲ ਤੇ ਅਸੀਂ ਵੀ ਇਹਦੇ ਨਾਲ ਆ ਤੇ ਸੋਹਣੀ ਸਾਡੀ ਨਗਾਈ ਵੀ ਹੈ ਹਾਂਜੀ ਹਾਂਜੀ ਤੇ ਸ਼ਾਨੀ ਜੀ ਈਦ ਮੁਬਾਰਕ ਸ਼ਾਨੀ ਜੀ ਈਦ ਮੁਬਾਰਕ ਸ਼ਾਨੀ ਜੀ ਈਦ ਮੁਬਾਰਕ ਅਸਲਾਮ ਅਲੈਕੁਮ ਜੀ ਸੱਜਣੋ ਤੇ ਮਿੱਤਰੋ ਮੈਂ ਤੁਹਾਡਾ ਅਸਲਮ ਚਿੱਟਾ ਤੇ ਮੇਰੇ ਨਾਲ ਰਿਮਲ ਸ਼ਾਹ ਸਾਹਿਬ ਤੇ ਸ਼ੀਜ਼ਾ ਬੱਟ ਸਾਹਿਬਾ ਤੇ ਵੱਡੀ ਈਦ ਦਾ ਸਾਰੀ ਤੇ ਵੱਡਾ ਤੋਹਫਾ ਲੈ ਕੇ ਆਇਆ ਸ਼ਾਨੀ ਜੀ ਈਦ ਮੁਬਾਰਕ ਮਨਰਵਾ ਥੀਏਟਰ ਤੇ ਜਦੋਂ ਸਾਰੇ ਮੇਰੇ ਵੀਰ ਬੱਬਰ ਸ਼ੇਰ ਰਲ ਕੇ ਵੇਖੋਗੇ ਤੇ ਇੰਜੋਏ ਵੀ ਢੇਰ ਸਾਰਾ ਕਰੋਗੇ ਤੇ ਰਿਮਲ ਮੈਡਮ ਦਾ ਫਿਰ ਤੁਹਾਨੂੰ ਪਤਾ ਹੀ ਆ ਡਾਂਸ ਜਿਹੜਾ ਇਸ ਟਾਈਮ ਜਾ ਰਿਹਾ ਸੱਤ ਸਮਾਨੋਂ ਪਾਰ ਤੇ ਸ਼ੀਜ਼ਾ ਬੱਟ ਵਾਸਤੇ ਅਸੀਂ ਕਹਿ ਹੀ ਕੁਛ ਨਹੀਂ ਸਕਦੇ ਇਹ ਤੁਹਾਨੂੰ ਆਪ ਦੱਸਦੀ ਹੈ ਸ਼ੀਜ਼ਾ ਬੱਟ ਵੀ ਕੋਈ ਆਮ ਨਹੀਂ ਉਹ ਪਿੱਛੇ ਜੇ ਮਿਸਾਲ ਮਸ਼ਹੂਰ ਨਹੀਂ ਸੀ ਹੋਈ ਸ਼ੀਜ਼ਾ ਬੱਟ ਦੇ ਵੀ ਤੁਹਾਨੂੰ ਪਤਾ ਹੀ ਹੈ ਤੁਸੀਂ ਸ਼ੀਜ਼ਾ ਬੱਟ ਨੂੰ ਵੀ ਦੇਖਣਾ ਤੇ ਰਿਮਲ ਸ਼ਾਹ ਸਾਹਿਬਾਂ ਨੂੰ ਵੀ ਦੇਖਣਾ ਤੇ ਤੁਸੀਂ ਇੰਜੋਏ ਕਰੋਗੇ ਚਿੱਟਾ ਨਾਲ ਤੇ ਰਾਸ਼ਿਦ ਕਮਾਲ ਸਾਹਿਬ ਤਸਲੀਮ ਸਾਹਿਬ ਉਹ ਸਾਰੇ ਸਾਡੇ ਨਾਲ ਆ ਔਰ ਤੁਹਾਡੇ ਵੈੜੇ ਮਾਸ਼ਾਅੱਲਾ ਕਾਮਯਾਬ ਰਹੇ ਨੇ ਸਾਡੇ ਵੈੜੇ ਦਾ ਸਿੰਘ ਭੁੜ ਗਿਆ ਸੀ ਤਾਂ ਕਰਕੇ ਇੱਥੇ ਹੀ ਭਾ ਲਿਆ ਅਸਲਮ ਚਿੱਟਾ ਸਾਹਿਬ ਸਾਡੇ ਬੜੇ ਅੱਛੇ ਫਨਕਾਰ ਨੇ ਵੱਡੀ ਤੋਂ 4 ਦਿਨ ਪਹਿਲੇ ਇਹਨਾਂ ਨੇ ਵੈੜਾ ਲੈ ਲਿਆ ਤੇ ਵੈੜਾ ਬੰਨਣ ਵਾਸਤੇ ਜਗ੍ਹਾ ਨਹੀਂ ਸੀ ਬਾਹਰ ਹੀ ਬੰਨਦੇ ਰਹੇ ਤੇ ਨੀਂਦ 3 ਦਿਨਾਂ ਦੇ ਵਿੱਚ ਪਾਗਲ ਹੋ ਗਿਆ ਓਏ ਆਖਰੀ ਦਿਨ ਆਖਰ ਦੇ ਵੈੜੇ ਨੂੰ ਸਿੱਧੀਆਂ ਛੁਰੀਆਂ ਮਾਰਤੀਆਂ ਕਹਿੰਦਾ ਮੇਰੀ ਨੀਂਦ ਹਰਾਮ ਕੀਤੀ ਪਈ ਤੂੰ ਤੇ ਵੈੜਾ ਇਸ ਟਾਈਮ ਨਾ ਜਨਰਲ ਹਸਪਤਾਲ ਦਾਖਲ ਆ ਤੇ ਆਹ ਪਹਿਲੇ ਉਹਦੀ ਆਪਣਾ ਤਨਾਰਦਾਰੀ ਕਰੀ ਐਮਰਜੈਂਸੀ ਇਹਨਾਂ ਨੇ ਵੈੜਾ ਲਿਆ ਤੇ ਚਾਂਦਰਾ ਓਏ ਓਏ ਮੇਰੇ ਕੰਨ ਦਾ ਪਰਦਾ ਪਾੜ ਜਾਣਾ ਯਾਰ ਓਏ ਕਿਸੇ ਗੱਲ ਦਾ ਪਰਦਾ ਰਹਿਣ ਦੇ ਹੁਣ ਇਹਨਾਂ ਨੇ ਚਾਂਦਰਾਤ ਨੂੰ ਵੈੜਾ ਇਹਨਾਂ ਦਾ ਵੈੜਾ ਲਿਆ ਤੇ ਚਾਂਦਰਾਤ ਵਾਲੇ ਦਿਨ ਦੌੜ ਗਿਆ ਕਿਉਂ ਕਹਿੰਦਾ ਇਹ ਮੇਰੀ ਪੁੱਪੀ ਤੇ ਗਿਆ ਵਾ ਓਏ ਨਾ ਛੱਡੋ ਲੜਾਈ ਤਾਂ ਘਰ ਛੱਡੋ ਤੇ ਸਾਡੇ ਕੋਲ ਨਾ ਕਿਰਨ ਭੱਟ ਸਾਹਿਬਾ ਵੀ ਆ ਲੈ ਲੈ ਜੀ ਬਾਬਾ ਓ ਯਾਰ ਤੁਸੀਂ ਵੇਖੋ ਤੁਸੀਂ ਸਹੀ ਆ ਗਏ ਆ ਬਾਤ ਹੈ ਬਜ਼ੁਰਗੋ ਓ ਕਿਰਨ ਭੱਟ ਜੀ अगले छापर घुमा के सामने कंच मारदे सबसक्राइब करो जो जी बटन ਉਹ ਵੀ ਦੱਬੇ ਜਾਣਾ ਤੁਹਾਨੂੰ ਫਿਰ ਤਰ੍ਹਾਂ ਤਰ੍ਹਾਂ ਸਾਡੇ ਪ੍ਰੋਗਰਾਮ ਮਿਲਦੇ ਰਹਿਣਗੇ ਸਭ ਤੋਂ ਵੱਡੀ ਗੱਲ ਕਾਲੀ ਇਲਰ ਗਈ ਟਕ ਟਕ ਆਹਾ ਆਹ ਅਸਲਾਮ ਅਲੈਕੁਮ ਨਾਜ਼ਰੀਨ ਰਾਣਾ ਸ਼ਾਨੀ ਜੀ ਆਫੀਸ਼ੀਅਲ ਚੈਨਲ ਤੇ ਤੁਹਾਨੂੰ ਖੁਸ਼ ਆਮਦੀਦ ਕਹਿੰਨੇ ਆ ਤੇ ਮੇਰੇ ਨਾਲ ਮਨਰਵਾ ਥੀਏਟਰ ਦੇ ਇਸ ਟਾਈਮ ਮੌਜੂਦ ਨੇ ਵੱਡੀ ਦੀ ਵੱਡੀ ਟੀਮ ਸ਼ੀਜ਼ਾ ਬੱਟ ਸਾਹਿਬਾ ਔਰ ਕਿਰਨ ਬੱਟ ਸਾਹਿਬਾ ਔਰ ਫਲਕ ਸ਼ੇਰ ਢਾੜੀ ਸਾਹਿਬਾ ਤੇ ਸਟਰੋਂਗ ਬਾਸ ਵੀ ਅਸੇ ਠੀਕ ਠਾਕ ਜੀ ਕਿਦਾਂ ਜੀ ਵਧੀਆ ਜੀ ਢਾੜੀ ਧੁੜੀ ਨਹੀਂ ਮਾਸ਼ਾਅੱਲਾ ਆਉਣ ਵਾਲੇ ਵਕਤ ਦਾ ਸੁਪਰਸਟਾਰ ਹੈ ਔਰ ਸਾਡੀ ਦਿਲੋਂ ਦੁਆ ਹੈ ਕਿ ਇਨਸ਼ਾਅੱਲਾ ਤਾਲਾ ਅੱਜ ਜਿਸ ਤਰ੍ਹਾਂ ਅਸੀਂ ਸੁਪਰਸਟਾਰ ਬਣੇ ਆ ਔਰ ਫੈਸਲਾਬਾਦ ਚ ਕੰਮ ਕਰਨ ਵਾਲਾ ਬੰਦਾ ਜਿਹੜਾ ਵੀ ਹੈ ਲੜਕੀ ਹੈ ਲੜਕਾ ਹੈ ਅਗਰ ਫੈਸਲਾਬਾਦ ਵਾਲਿਆਂ ਨੇ ਅਗਰ ਕਿਸੇ ਲਈ ਹੱਥ ਚੁੱਕ ਦਿੱਤਾ ਹੈ ਤਾਂ ਸਮਝੋ ਸੁਪਰਸਟਾਰ ਹੈ ਔਰ ਆਉਣ ਵਾਲੇ ਵਕਤ ਦਾ ਸਾਡਾ ਫਲਕ ਸ਼ੇਰ ਵੀ ਸੁਪਰਸਟਾਰ ਹੈ ਔਰ ਅਸੀਂ ਡਰਾਮਾ ਕਰ ਰਹੇ ਮਨਰਵਾ ਥੀਏਟਰ ਔਰ ਇਸ ਟਾਈਮ ਬੈਠੇ ਹੋਏ ਆ ਮਨਰਵਾ ਥੀਏਟਰ ਫੈਸਲਾਬਾਦ ਅਸੀਂ ਇੱਥੇ ਰਿਹਸਲ ਵਾਸਤੇ ਆਏ ਆ ਔਰ ਸਭ ਤੋਂ ਮਜ਼ੇਦਾਰ ਵਾਲੀ ਗੱਲ ਇਹ ਆ ਕਿ ਜਿਹੜੀ ਜੀ ਜੀ ਮੈਂ ਵੀ ਦੱਸ ਰਹੀ ਸੀ ਰਿਹਸਲ ਵਾਸਤੇ ਹੀ ਆਏ ਹੋ ਹੋਰ ਪੁੰਡੀ ਲਾਣ ਨਹੀਂ ਆਏ ਹਾਂ ਪੁੰਡੀ ਹੋਣ ਲੱਗਦੀ ਆ ਅੱਜ ਕੁੰਡੀ ਲੱਗਦੀ ਆ ਡਾਇਰੈਕਟ ਜੀ ਫੈਸਲਾਬਾਦ ਮਨਰਵਾ ਥੀਏਟਰ ਬਹੁਤ ਅੱਛਾ ਡਰਾਮਾ ਹੈ ਔਰ ਜ਼ਰੂਰ ਦੇਖਨੇ ਆਏ ਰਾਣਾ ਆਫੀਸ਼ੀਅਲ ਚੈਨਲ ਕੋ ਲਾਈਕ ਕਰੇ ਰਾਣਾ ਸ਼ਾਨੀ ਆਫੀਸ਼ੀਅਲ ਚੈਨਲ राणा शानी ऑफिशियल चैनल उनको लाइक करें सब्सक्राइब करें आपको बहुत अच्छे मिलेंगे ये देखे बट साहब हमारे साथ बैठे हैं फलकशेर साहब बैठे हैं पता है कि जड़ी छोटी ही सी जी सब तो बड़ी सी फैसलाबाद मनरवा थिएटर दे विच चार चार शो होए ने बड़े मजेदार होए ने क्राउड बड़ा मजेदार गया वा लोगों ने बहुत सारा एंटरटेनमेंट किया और आ जड़ी बड़ी ईद साफ लाओ कि छोटी टेडी बड़ी सी ते बड़ी ईद किड्डी बड़ी होएगी बड़ी सोनिया गल्लां करी तेरी मेहरबानी सारे ने बकरियां दा गोश्त खाया होना है खा खा के पागल होके ते उन्होंने आना है ਤੇ ਲੇਕਿਨ ਹਾਂ ਇਹਨੇ ਬਹੁਤ ਅੱਛੀ ਅੱਛੀ ਗੱਲ ਨਹੀਂ ਕਰਨੀ ਗੰਦੀਆਂ ਹੀ ਗੱਲਾਂ ਕਰੇਗਾ ਮੈਨੂੰ ਉਮੀਦ ਹੈ ਤੇਰੇ ਕੋਲ ਲੇਕਿਨ ਮੈਂ ਤਾਂ ਸ਼ਰੀਫ ਹੋ ਚੁੱਕੀ ਹਾਂ ਕੋਈ ਐਸੀ ਗੱਲ ਨਹੀਂ ਹੈ ਔਰ ਰਾਣਾ ਸ਼ਾਨੀ ਸਾਹਿਬ ਆਪਣੇ ਐਕਟਰਾਂ ਨੂੰ ਜ਼ਰਾ ਸੰਭਾਲ ਕੇ ਰੱਖਣਾ ਅਸੀਂ ਵੀ ਆ ਗਏ ਹਾਂ ਲੋਰੋ ਫੈਸਲਾਬਾਦ ਲੇਕਿਨ ਜਿਹੜੇ ਫੈਸਲਾਬਾਦ ਦੇ ਵਿਹੜੇ ਨੇ ਨਾ ਉਹ ਦੁਪਹਿਰੇ ਲਏ ਆ ਲੋਕਾਂ ਨੇ ਚੱਲਦੀ ਗਰਮੀ ਚੱਲਦੀ ਧੁੱਪ 'ਚ ਗਰਮ ਵਿਹੜੇ
और खा के इतने आना उन्होंने तो हिसाब लाओ कि मजेदार पब्लिक होनी है बड़क वाली इंजॉय करना कोई गल नहीं असि तो बंदे भुगताने ने बैठे तो तू ही भुगताएगा ठीक है ही गल है मैं कड़ा कसाई है भी मैं बैठे भुगताने हैं लेकिन यह है कि फिर भी मिनरवा थिएटर दे आओ ड्रामा देखो बहुत अच्छा ड्रामा है पूरी टीम दे नाल ड्रामा है जरूर देखो बड़ा मजा आएगा ड्रामा देखने का इंजॉय करोगे बहुत अच्छे एडम सोंग दे नाल बट साहब बहुत अच्छे सोंग कर रहे ने इस सीट ते और तुसीं देखोगे तुहानूं जरूर मजा आएगा फलक शेर साहब भी अच्छी परफॉर्मेंस कर रहे ने असीं रिहर्सल कर रहे बड़ा मजा आ रहा है सारे ही आइटम सोंग ने और जबरदस्त ने तुहानूं इह पता लगेगा कि सोफा सानूं बार बार कदी पिछे लैके जाना पैना कदी अगे लैके आना सैट सारा नवा चेंज हो जाना वा और इहदे विच लाइटिंग शैटिंग माहौल भरपूर तरीके का और सब तो वड्डी गल ये कि अलमारियां वड्डियां लग गई फुल चिल माहौल मिठे चौल ए पूरा एसी माहौल होना बहुत अच्छा होना माहौल चलो जी साड़ी तरफो राणा जी शानी जी नू ईद मुबारक ए सारे ड्रामे दे नाम है शानी जी ईद मुबारक यानी कि शानी जी दी तरफों प्रोडक्शन राणा शानी दी तरफों पूरे पाकिस्तान नू पूरे मुस्लिम कम्यूनिटी जिथे जिथे दुनिया च मौजूद ने उन्होंने ईद मुबारक और साडे ड्रामे दा नाम है शानी जी ईद